ਸਖਤ ਮੌਸਮ ਦੇ ਬਾਵਜੂਦ ਵੀ ਪੰਜਾਬ ਦਾ ਮਾਹੌਲ ਪੰਚਾਇਤੀ ਚੋਣਾਂ ਦੇ ਚੱਲਦੇ ਗਰਮਾਇਆ ਹੋਇਆ। ਰਾਜਪੁਰਾ ਦੇ ਪਿੰਡ ਨੀਲਪੁਰ ਦੀ ਗੱਲ ਕਰ ਰਹੇ ਹਾਂ। ਇੱਥੇ ਜਿਹੜੇ ਲੋਕ ਹੈਗੇ ਆ ਇਹਨਾਂ ਵੱਲੋਂ ਇੱਕ ਵੱਖਰੀ ਉਦਾਹਰਨ ਹੈਗੀ ਆ ਜਿਹੜੀ ਸੈੱਟ ਕੀਤੀ ਗਈ ਆ। ਇੱਥੇ ਇੱਕ ਕਿੰਨਰ ਜੋ ਕਿ ਥਰਡ ਜੈਂਡਰ ਦੇ ਤੌਰ 'ਤੇ ਦੇਖਿਆ ਜਾਂਦਾ, ਪਹਿਲਾਂ ਇਹਨਾਂ ਨੂੰ ਸਮਾਜ ਦੇ ਵਿੱਚ ਥਰਡ ਜੈਂਡਰ ਦੀ ਮਾਨਤਾ ਵੀ ਨਹੀਂ ਮਿਲੀ ਸੀ। ਥਰਡ ਜੈਂਡਰ ਇੱਕ ਕਿੰਨਰ ਨੂੰ ਇੱਥੋਂ ਦੇ ਲੋਕਾਂ ਵੱਲੋਂ ਸਰਬਸੰਮਤੀ ਦੇ ਨਾਲ ਸਰਪੰਚ ਚੁਣਿਆ ਗਿਆ। ਦਿਖਾਵਾਂਗੇ ਤੁਹਾਨੂੰ ਨੀਲਪੁਰ ਦੀਆਂ ਤਸਵੀਰਾਂ ਵੀ ਅਤੇ ਗੱਲਬਾਤ ਕਰਾਂਗੇ ਇੱਥੋਂ ਦੇ ਸਰਬਸੰਮਤੀ ਦੇ ਨਾਲ ਚੁਣੇ ਗਏ ਸਰਪੰਚ ਦੇ ਨਾਲ ਵੀ। ਰਾਜਪੁਰਾ ਤਹਿਸੀਲ ਦਾ ਪਿੰਡ ਨੀਲਪੁਰ, 1324 ਵੋਟਾਂ ਦਾ ਪਿੰਡ, ਜਿੱਥੇ ਸਰਬਸੰਮਤੀ ਦੇ ਨਾਲ ਮਹੰਤ ਮਨਜੀਤ ਜੀ ਨੂੰ ਸਰਪੰਚ ਚੁਣਿਆ ਗਿਆ। ਤਾਂ ਗੱਲ ਕਰਦੇ ਹਾਂ ਉਹਨਾਂ ਦੇ ਨਾਲ, ਉਹਨਾਂ ਦਾ ਜਿਹੜਾ ਪਿੰਡ ਹੈਗਾ ਉਹਦੇ ਵਿੱਚ ਕੀ ਵਿਕਾਸ ਹੋਣ ਵਾਲਾ, ਕੀ ਕਮੀਆਂ ਹੈਗੀਆਂ ਔਰ ਕੀ ਉਹ ਏਜੰਡਾ ਲੈ ਕੇ ਚੱਲਣਗੇ, ਕਿਉਂਕਿ ਲੋਕਾਂ ਨੇ ਉਹਨਾਂ ਦੇ ਉੱਤੇ ਭਰੋਸਾ ਕੀਤਾ। ਮਹੰਤ ਜੀ, ਕਿਹੜੀਆਂ ਕਮੀਆਂ ਹੈਗੀਆਂ ਜਿਹੜੀਆਂ ਤੁਹਾਨੂੰ ਲੱਗਦੀਆਂ ਨੇ ਕਿ ਤੁਹਾਡੇ ਇੱਥੇ ਹੈਗੀਆਂ ਨੇ, ਜਿਹੜੀਆਂ ਪੂਰੀਆਂ ਹੋਣੀਆਂ ਚਾਹੀਦੀਆਂ? ਸਭਾਈਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਇਹ ਕਹਿਣਾ ਚਾਹਤੀ ਹਾਂ ਕਿ ਚਲੋ ਮੇਰੇ 'ਤੇ ਸਹਿਮਤੀ ਨਾਲ 1324 ਵੋਟ ਨੇ ਮੇਰੇ ਕੋ ਕਾਮਯਾਬ ਬਣਾਇਆ ਕਿ ਚਲੋ ਮੇਰਾ ਕਹਿਣੇ ਕਹੀਏ ਮਤਲਬ ਮੇਰੇ ਸੀਵਰ ਡਲੇ, ਗਲੀਆਂ ਬਣੇ, ਕੋਈ ਆਪਣਾ ਨਾਲੀਆਂ ਵਗੈਰਾ ਜੋ ਵੀ ਕੁਛ ਹੈ, ਮੇਰੇ ਖੰਭੇ ਖੁੰਭੇ ਬਹੁਤ ਲਾਈਟਾਂ ਲੁੱਟਾਂ ਉਹ ਹੋ ਰਹੀਆਂ ਕਿ ਚਲੋ ਸਭ ਕੁਛ ਸਹੀ ਬਣਾਏ। ਕੋਈ ਸਕੂਲ ਸੋਚ ਰਹੀ ਮੈਂ ਬਣਾਉਣਾ ਇੱਕ, ਕਿ ਮੁਝੇ ਅੱਛਾ ਗ੍ਰਾਂਟ ਮਿਲੇ, ਕੋਈ ਸਕੂਲ ਬਣਾਊਂ, ਹੈ ਨਾ, ਕੋਈ ਸਕੂਲ ਬਣਾਊਂ ਕਿ ਚਲੋ ਇਤਨੀ ਹੀ ਮੈਂ ਸੋਚਦੀ ਹਾਂ ਕਿ ਚਲੋ ਕੋਈ ਅੱਛਾ ਮੇਰੀ ਕਲੋਨੀ ਕਾ ਅੱਛਾ ਕਾਰਿਆ ਹੋਵੇ, ਅੱਛਾ ਕੰਮ ਹੋਵੇ, ਕਿ ਮੇਰੀ ਸਰਕਾਰ ਵੱਲੋਂ ਕਿ ਮੈਨੂੰ ਅੱਛਾ ਗ੍ਰਾਂਟ ਮਿਲੇ। ਹਾਂਜੀ ਮਹੰਤ ਜੀ, ਜਿਸ ਤਰ੍ਹਾਂ ਲੋਕਾਂ ਨੇ ਤੁਹਾਡੇ ਉੱਤੇ ਵਿਸ਼ਵਾਸ ਕੀਤਾ ਹੈਗਾ, ਵਿਸ਼ਵਾਸ ਕਰਕੇ ਤੁਹਾਨੂੰ ਸਰਪੰਚ ਬਣਾਇਆ, ਪੰਜਾਬ ਦੀ ਇੱਕ ਵੱਡੀ ਉਦਾਹਰਣ ਵੀ ਹੈਗੀ ਆ ਕਿ ਥਰਡ ਜੈਂਡਰ ਹੈ ਜਿਹੜਾ ਉਹਨਾਂ ਨੂੰ ਸਰਪੰਚੀ ਦਿੱਤੀ ਗਈ ਆ, ਤਾਂ ਕਿੰਨਾ ਕੁ ਫੋਕਸ ਕਰੋਗੇ ਤੁਸੀਂ ਜਿਹੜੇ ਕੰਮ ਤੁਸੀਂ ਦੱਸਿਆ ਕਿ ਜਿਹੜਾ ਇਲਾਕਾ ਹੈਗਾ ਕਾਫੀ ਪਛੜਿਆ ਹੋਇਆ, ਤਾਂ ਕੀ ਕੋਸ਼ਿਸ਼ ਕਰੋਗੇ ਕਿ ਕਿੰਨੀ ਜਲਦੀ ਨੇ ਜਿਹੜੇ ਕੰਮ ਹੋ ਸਕਣ? ਮੈਂ ਤਾਂ ਸੋਚਦੀ ਹਾਂ ਕਿ ਬਿਲਕੁਲ ਜਲਦੀ ਤੇ ਹੀ ਜਲਦੀ ਇਹ ਕੰਮ ਹੋਵੇ, ਕਿ ਕੁਛ ਚਲੋ ਸਰਕਾਰ ਵੱਲ ਆਵੇ, ਕੁਛ ਕੋਈ ਮੈਂ ਆਪਣੇ ਪੱਲੋਂ ਲਾਊਂ, ਕਿ ਚਲੋ ਗ੍ਰਾਂਟ ਕੁਛ ਆਵੇ, ਕੋਈ ਆਪਣੇ ਪੱਲੋਂ ਲਾਊਂ, ਮੈਂ ਮੇਰੀ ਸੜਕਾਂ ਮੇਰੀ ਗਲੀਆਂ ਕਾ ਸੁਧਾਰ ਹੋ ਜੇ, ਮੇਰੇ ਸੀਵਰ ਡਲ ਜੇ, ਕਿ ਮੈਂ ਬਸ ਇਹੀ ਇਹੀ ਪ੍ਰਾਰਥਨਾ ਕਰਨ ਜਾਤੀ ਹਾਂ। ਬਹਰਹਾਲ ਜਿਹੜੇ ਪਿੰਡ ਦੇ ਲੋਕ ਹੈਗੇ ਉਹਨਾਂ ਵੱਲੋਂ ਇੱਕ ਥਰਡ ਜੈਂਡਰ ਕਿੰਨਰ ਨੂੰ ਸਰਪੰਚ ਬਣਾਇਆ ਗਿਆ, ਜਿਸ ਦੇ ਉੱਤੇ ਉਹਨਾਂ ਨੇ ਉਮੀਦ ਲਗਾਈ ਹੈਗੀ ਹੈ ਕਿ ਉਹ ਪਿੰਡ ਦੇ ਵਿੱਚ ਸਕੂਲ ਵੀ ਬਣਵਾਉਣਗੇ ਅਤੇ ਜਿਹੜੀਆਂ ਮੁੱਢਲੀਆਂ ਸਹੂਲਤਾਂ ਹੈਗੀਆਂ ਪਿੰਡ ਦੀਆਂ ਉਹ ਵੀ ਦੇਣ ਦੀ ਕੋਸ਼ਿਸ਼ ਕਰਨਗੇ, ਕਿਉਂਕਿ ਉਹਨਾਂ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਕਿ ਅਗਰ ਸਰਕਾਰ ਜਿਹੜੀ ਗ੍ਰਾਂਟ ਦੇਵੇਗੀ ਉਸ ਦੇ ਨਾਲ ਨਾਲ ਉਹ ਆਪਣੇ ਖੁਦ ਦੇ ਪੈਸੇ ਦੇ ਨਾਲ ਜਿਹੜਾ ਪਿੰਡ ਹੈਗਾ ਉਸ ਦਾ ਵਿਕਾਸ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਨਗੇ। ਪਟਿਆਲਾ ਤੋਂ ਕੈਮਰਾਮੈਨ ਕਮਲ ਦੂਆ ਦੇ ਨਾਲ ਅਵਤਾਰ ਗਿੱਲ, ਦੈਨਿਕ ਸਵੇਰਾ।